ਹਾਂਜੀ ਦੋਸਤੋ ਕੀ ਹਾਲ ਚਾਲ ਹੈ ਇੱਕ ਵਾਰ ਫਿਰ ਤੋਂ ਸਾਡੇ YouTube ਚੈਨਲ ਇੰਦਰ ਇੰਟਰਨੈਟ ਕੈਫੇ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ 3704 ਮਾਸਟਰ ਕੈਡਰ ਅਤੇ 2364 ਈਟੀਟੀ ਦੀ ਅਧਿਆਪਕਾਂ ਦੀਆਂ ਪੋਸਟਾਂ ਸੰਬੰਧੀ ਯਾਰੀ ਨਵੇਂ ਨੋਟੀਫਿਕੇਸ਼ਨ ਬਾਰੇ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਾਂਗੇ ਸੋ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਣਾ ਜਿਹੜੇ ਦੋਸਤ ਮਿੱਤਰ ਸਾਡੇ ਚੈਨਲ ਤੇ ਫਸਟ ਟਾਈਮ ਵਾਚ ਕਰ ਰਹੇ ਹਨ प्लीज चैनल ਨੂੰ ਸਬਸਕ੍ਰਾਈਬ ਕਰ ਦਿਓ ਅਤੇ 올 ਨੋਟੀਫਿਕੇਸ਼ਨ ਲਈ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਜੋ ਫਿਊਚਰ ਵਿੱਚ ਆਉਣ ਵਾਲੀ ਹਰ ਨਵੀਂ ਅਪਡੇਟ ਬਾਰੇ ਤੁਹਾਨੂੰ ਜਾਣਕਾਰੀ ਮਿਲ ਸਕੇ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਪਬਲਿਕ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿੱਚ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਮਿਤੀ 28/2/2020 ਨੂੰ 3704 ਮਾਸਟਰ ਮਿਸਟਰੈਸ ਕਾਡਰ ਅਤੇ ਮਿਤੀ 6 ਮਾਰਚ 2020 ਨੂੰ 2364 ਈਟੀਵੀ ਅਧਿਆਪਕਾਂ ਦੀਆਂ ਪੋਸਟਾਂ ਭਰਨ ਸੰਬੰਧੀ ਵਿਗਿਆਪਨ ਦਿੱਤਾ ਗਿਆ ਸੀ। ਇਸ ਸੰਬੰਧੀ ਬਹੁਤ ਸਾਰੇ ਉਮੀਦਵਾਰਾਂ ਵੱਲੋਂ ਵਿਭਾਗ ਨੂੰ ਉਹਨਾਂ ਦੇ ਅਪਲਾਈ ਕੀਤੇ ਵੇਰਵਿਆਂ ਤੇ ਸੋਧ ਕਰਨ ਸੰਬੰਧੀ ਈਮੇਲ ਪ੍ਰਤੀ ਬੇਨਤੀਆਂ ਪ੍ਰਾਪਤ ਹੋ ਰਹੀਆਂ ਹਨ। ਇਸ ਲਈ ਵਿਭਾਗ ਵੱਲੋਂ ਮਿਤੀ 2 ਨਵੰਬਰ 2020 ਨੂੰ ਦੁਪਹਿਰ 12:00 ਵਜੇ ਤੋਂ ਮਿਤੀ 3 ਨਵੰਬਰ 2020 ਦੁਪਹਿਰ 12 ਵਜੇ ਤੱਕ ਉਮੀਦਵਾਰਾਂ ਦਾ ਡਾਟਾ ਅਨਲੌਕ ਕਰ ਦਿੱਤਾ ਜਾਵੇਗਾ। ਉਮੀਦਵਾਰ ਆਪਣੇ ਵੇਲੇ ਵਿੱਚ ਇਸ ਸਮੇਂ ਦੌਰਾਨ ਸੂਧ ਕਰਕੇ ਡਾਟਾ ਲੌਗ ਅਪਰੂਵ ਕਰਨਾ ਯਕੀਨੀ ਬਣਾਉਣਗੇ। ਅਪਲਾਈ ਕੀਤੇ ਫਾਰਮ ਦਾ ਡਾਟਾ ਹਰੇਕ ਉਮੀਦਵਾਰ ਵੱਲੋਂ ਲੌਗ ਅਪਰੂਵ ਕਰਨਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਜੇਕਰ ਕਿਸੇ ਕੈਂਡੀਡੇਟ ਦੀ ਫੀਸ ਕਨਫਰਮ ਨਹੀਂ ਹੋਈ ਤਾਂ ਉਹ ਆਪਣਾ ਬੈਂਕ ਵਿੱਚ ਭਰਿਆ ਚਲਾਨ ਫਾਰਮ ਪੇਪਰ ਦੀ ਈਮੇਲ ਆਈਡੀ challan@punjabeducation.gov.in ਤੇ ਭੇਜ ਸਕਦੇ ਹਨ ਸੋ ਜਿਸ ਕੈਂਡੀਡੇਟ ਨੇ ਇਹਨਾਂ ਪੋਸਟਾਂ ਲਈ ਅਪਲਾਈ ਕੀਤਾ ਸੀ ਉਹ 2 ਨਵੰਬਰ 2020 ਨੂੰ ਦੁਪਹਿਰ 1 ਵਜੇ ਤੋਂ 3 ਨਵੰਬਰ 2020 ਦੁਪਹਿਰ 12 ਵਜੇ ਤੱਕ ਆਪਣੇ ਭਰੇ ਫਾਰਮਾਂ ਵਿੱਚ ਚੇਂਜਸ ਕਰ ਸਕਦੇ ਹਨ ਸੋ ਦੋਸਤੋ ਜਾਣਕਾਰੀ ਹੈ ਤੇ ਵੀਡੀਓ ਨੂੰ ਆਪਣੇ ਫਰੈਂਡ ਸਰਕਲ ਵਿੱਚ ਜ਼ਰੂਰ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੈੱਬਸਾਈਟ ਦੇ ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਜਿਸ ਲਿੰਕ ਤੇ ਤੁਸੀਂ ਡਾਇਰੈਕਟ ਜਾ ਕੇ ਆਪਣਾ ਯੂਜ਼ਰਨੇਮ ਅਤੇ ਪਾਸਵਰਡ ਭਰ ਕੇ ਆਪਣਾ ਐਪਲੀਕੇਸ਼ਨ ਅਪਡੇਟ ਕਰ ਸਕੋਗੇ ਸੋ ਸਾਡੇ ਚੈਨਲ ਨਾਲ ਬਨੇ ਰਹਿ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ